ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਗਗਨਦੀਪ ਸਿੰਘ ਅਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਦੋਸਤੋ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸੀਨੀਅਰ ਅਸਿਸਟੈਂਟ ਦਾ ਪੇਪਰ ਹੈ ਜੋ 28 ਜਨਵਰੀ ਨੂੰ ਹੋਣਾ ਹੈ ਤੇ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਵਧੀਆ ਰੋਲ ਅਦਾ ਕਰਨ ਵਾਲੀ ਹੈ ਪੰਜਾਬ ਜੀ ਕੇ ਅਤੇ ਪਲੱਸ ਪੰਜਾਬੀ ਇਹ ਦੋਨੇ ਕੀ ਆ ਪੋਰਸ਼ਨ 35 ਨੰਬਰ ਦੇ ਆ ਰਹੇ ਹਨ ਤੇ ਕੀ ਆ ਰੀਜਨਿੰਗ ਵੀ 20 ਨੰਬਰ ਦੀ ਹੈ ਤਾਂ ਦੋਸਤੋ ਤੁਸੀਂ ਇਹਨਾਂ ਸਬਜੈਕਟ ਦੇ ਵਿੱਚ ਵਧੀਆ ਮਾਰਕਸ ਲੈ ਕੇ ਜਾ ਸਕਦੇ ਹੋ इजीली ਜੇਕਰ ਤੁਸੀਂ ਆਪ ਦੇ ਆਪ ਨੂੰ ਕੀ ਹੈ ਫੁੱਲੀ ਪ੍ਰਪੇਅਰ ਕਰੋ ਤਾਂ ਉਹਨਾਂ ਦੇ ਲਈ ਵਧੀਆ ਕੰਟੈਂਟ ਮਿਲਣਾ ਚਾਹੀਦਾ ਤੁਹਾਨੂੰ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਆਪਣੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਦੇ ਵਿੱਚ ਅਤੇ ਜੇਕਰ ਚੈਨਲ ਤੇ ਨਿਊ ਵਿਊਅਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਅਤੇ ਜੋ ਵੀ ਇਸ ਤੋਂ ਪਹਿਲਾਂ ਮੈਂ ਵੀਡੀਓਜ਼ ਪ੍ਰੋਵਾਈਡ ਕੀਤੀਆਂ ਹਨ ਉਹਨਾਂ ਨੂੰ ਜ਼ਰੂਰ ਦੇਖਣਾ ਕਿਉਂਕਿ ਸਾਰੇ ਪੇਪਰਾਂ ਦੇ ਵਿੱਚ ਆਏ ਹੋਏ ਕੁਐਸਚਨ ਹਨ ਪੀ ਟ੍ਰਿਪਲ ਐਸ ਬੀ ਦੇ ਵਿੱਚ ਪੁੱਛੇ ਗਏ ਕਵੈਸਚਨਰ ਜੋ ਮਰਜੀ ਐਗਜ਼ਾਮ ਹੋਇਆ ਹੋਵੇ ਪੀਟਸਬੀ ਦਾ ਤੇ ਪੰਜਾਬ ਪੁਲਿਸ ਦੇ ਤੇ ਈਟੀਸੀ ਹੋਰ ਬਹੁਤ ਸਾਰੇ ਕੀਆ ਪੇਪਰ ਦੇ ਕਵੈਸਚਨਰ ਤਾਂ ਦੋਸਤੋ ਗੱਲ ਦਾ ਪੰਜਾਬ ਜੀ ਕੇ ਦੀ ਆਉਂਦੀ ਹੈ ਤਾਂ ਆਪਾਂ ਟਾਈਮ ਨਾ ਵਿਸਤ ਕਰਦੇ ਹੋਏ ਦੋਸਤੋ ਚੱਲਦੇ ਆ ਪਹਿਲੇ ਕਵੈਸਚਨ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਵਾ ਕਿ ਵੀਡੀਓ ਨੂੰ ਅੰਤ ਤੱਕ ਦੇਖਣਾ ਜੇਕਰ ਇਹ ਕੁਐਸਚਨ ਤੁਸੀਂ ਐਂਡ ਤੱਕ ਦੇਖ ਲਈ ਮਤਲਬ ਕਿ ਇਹ ਪਤਾ ਨਹੀਂ ਕਿੱਥੋਂ ਆ ਜਾਣੀ ਹੈ ਜੀਕੇ ਸਾਨੂੰ ਕੁਝ ਵੀ ਨਹੀਂ ਪਤਾ ਤਾਂ ਦੋਸਤੋ ਹਰੇਕ ਕੁਐਸਚਨ ਨੂੰ ਤੁਸੀਂ ਕੀ ਹੈ ਦੇਖ ਕੇ ਚੱਲਿਆ ਕਰੋ ਅਤੇ ਬਹੁਤ ਇੰਪੋਰਟੈਂਟ ਕੁਐਸਚਨ ਕਿਉਂਕਿ ਪੀ ਵਾਈ ਕਿਊ ਐਸਏ ਕਰਕੇ ਸਾਰੇ ਕਹਿੰਦੇ ਹਨ ਯੂਟਿਊਬਰ ਕੇ ਜੇਕਰ ਇਹਨਾਂ ਨੂੰ ਕਰ ਲਵੋਗੇ ਤਾਂ ਪੇਪਰ ਕ੍ਰੈਕ ਹੋ ਜਾਊਗਾ ਮਤਲਬ ਇਹੀ ਹੈ ਕਿ ਰਿਪੀਟੇਸ਼ਨ ਬਹੁਤ ਜ਼ਿਆਦਾ ਹੋ ਰਹੀ ਹੈ ਤਾਂ ਦੋਸਤੋ ਦੇਖੋ ਪਹਿਲਾ ਕੁਐਸਚਨ ਹੀ ਬੜਾ ਇੰਪੋਰਟੈਂਟ ਹੈ ਡੋਲੂ ਮਾਂਜਣ ਵਾਲਾ ਕੁਐਸਚਨ ਹੈ ਕਹਿੰਦਾ ਹੈ ਪੰਜਾਬ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ ਤਾਂ ਇਸ ਦਾ ਆਨਸਰ ਹੈ ਸਾਰੇ ਅਰਬੀ ਲਾ ਕੇ ਹੋਣਗੇ ਤੇ ਕੀ ਆ ਉੱਥੇ ਗਲਤ ਹੋ ਜਾਵੇਗਾ ਤਾਂ ਕੀ ਹੋ ਜਾਵੇਗਾ ਡੋਲੂ ਮੰਜਾ ਜਾਵੇਗਾ 1.25 ਨੰਬਰ ਕੀ ਆ ਚਲੇ ਜਾਣਗੇ ਤੇ ਇਹ ਕੀ ਆ ਮੈਰਿਟ ਤੋਂ ਸਾਨੂੰ ਕਰ ਦੇਣਗੇ ਬਾਹਰ ਤਾਂ ਦੋਸਤੋ ਦੇਖੋ ਦੇਵਨਾਗਰੀ ਤਾਂ ਆ ਹੀ ਨਹੀਂ ਸਕਦਾ ਗੁਰਮੁਖੀ ਲਿਪੀ ਆ ਹੀ ਨਹੀਂ ਸਕਦਾ ਤੁਸੀਂ ਫਾਰਸੀ ਤੇ ਅਰਬੀ ਦੇ ਵਿੱਚ ਕਨਫਿਊਜ਼ ਹੋਣਾ ਸੀ ਦੋਸਤੋ ਇੱਕ ਚੀਜ਼ ਯਾਦ ਰੱਖਣੀ ਹੈ ਜਿੰਨੇ ਵੀ ਇਨਵੇਟਰ ਹੋਏ ਨੇ ਉਹਨਾਂ ਦੇ ਵਿੱਚੋਂ ਕੀ ਹੈ ਕੁਝ ਅਰਾਬੀਅਨ ਇਨਵੇਟਰਸ ਹਨ ਤਾਂ ਅਰਬੀ ਤਾਂ ਹੀ ਨਹੀਂ ਸਾਡੀ ਮਤਲਬ ਕੀ ਹੈ ਫਾਰਸੀ ਦੇ ਵਿੱਚ ਕੀ ਹੈ ਪੰਜਾਬ ਸ਼ਬਦ ਸਾਡਾ ਕੀ ਹੈ ਫਾਰਸੀ ਤੋਂ ਲਿਆ ਗਿਆ ਹੈ ਯਾਦ ਰੱਖਣਾ ਇਹ ਟ੍ਰਿਕ ਦੱਸੀ ਹੈ ਤੁਹਾਨੂੰ ਮੈਂ ਵੈਸੇ ਕੀ ਹੈ ਇਸ ਦੇ ਵਿੱਚ ਲੌਜੀਕ ਕੋਈ ਨਹੀਂ ਬਸ ਕੀ ਹੈ ਯਾਦ ਰੱਖਣ ਦੀ ਟ੍ਰਿਕ ਦੱਸੀ ਹੈ ਬਾਸ਼ਾ ਤੋਂ ਲਿਆ ਗਿਆ ਹੈ ਤਾਂ ਉਹ ਹੈ ਫਾਰਸੀ ਦੋਸਤੋ ਗੁਰਮੁਖੀ ਲਿਪੀ ਵੀ ਲਾ ਕੇ ਆਉਣਗੇ ਕਿਉਂਕਿ ਪੇਪਰ ਦੇ ਵਿੱਚ ਸਾਡੇ ਕੋਲ ਟਾਈਮ ਪ੍ਰੈਸ਼ਰ ਹੁੰਦਾ ਹੈ ਸਾਡੇ ਤੇ ਤੇ ਕੀ ਹੈ ਉਦੋਂ ਅਸੀਂ ਕੁਐਸਚਨ ਨੂੰ ਗਲਤ ਕਰ ਦਿੰਨੇ ਆ ਤਾਂ ਦੋਸਤੋ ਕੁਐਸਚਨ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਤੇ ਕਮੈਂਟ ਦੇ ਵਿੱਚ ਆਦਾ ਰਿਸਪੌਂਸ ਦੇਣਾ ਕਿ ਇਸ ਦਾ ਆਨਸਰ ਕੀ ਆ ਸਕਦਾ ਹੈ ਕੀ ਲੱਗ ਰਿਹਾ ਹੈ ਜੇਕਰ ਸਹੀ ਹੈ ਤਾਂ ਵੈਲੈਂਟ ਗੁੱਡ ਹੈ ਜੇਕਰ ਗਲਤ ਹੈ ਤਾਂ ਇੱਥੇ ਹੀ ਗਲਤ ਹੋਵੇਗਾ ਪੇਪਰ ਦੇ ਵਿੱਚ ਜਾ ਕੇ ਗਲਤ ਨਹੀਂ ਹੋਵੇਗਾ ਦੋਸਤੋ ਚੱਲਦੇ ਆ ਅਗਲੇ ਕੁਐਸਚਨ ਵੱਲ ਅਗਲਾ ਕੁਐਸਚਨ ਕਹਿੰਦਾ ਹੈ ਕਿ ਪੰਜਾਬ ਸ਼ਬਦ ਦਾ ਕੀ ਅਰਥ ਹੈ ਆ ਦੇਖੋ ਪੰਜਾਬ ਸ਼ਬਦ ਦਾ ਸਾਰਿਆਂ ਨੂੰ ਪਤਾ ਹੈ ਕਿ ਕੀ ਯਰਤਾ ਹੈ ਪੰਜ ਪਿਆਰਾਂ ਦੀ ਧਰਤੀ ਨਹੀਂ ਸਰ ਜੀ ਇਹ ਨਹੀਂ ਆ ਸਾਡਾ ਪੰਜ ਦਰਿਆਵਾਂ ਦੀ ਧਰਤੀ ਦੇਖਦੇ ਹਾਂ ਇਸ ਨੂੰ ਪੰਜ ਗੁਰੂਆਂ ਦੀ ਧਰਤੀ ਪੰਜ ਦਵਾਬਾਂ ਦੀ ਧਰਤੀ ਤਾਂ ਪੰਜ ਦਵਾਬਾਂ ਦੀ ਧਰਤੀ ਨਹੀਂ ਕਹਿ ਸਕਦੇ ਅਸੀਂ ਇਸ ਨੂੰ ਕੀ ਕਵਾਂਗੇ ਪੰਜ ਦਰਿਆਵਾਂ ਦੀ ਧਰਤੀ ਕੀ ਹੈ ਇਸ ਦਾ ਰਾਈਟ ਆਨਸਰ ਹੋਵੇਗਾ ਪੰਜਾਬ ਜਾਣ ਕੇ ਪਾਇਆ ਪੰਜ ਦਵਾਬਾਂ ਦੀ ਧਰਤੀ ਮਤਲਬ ਕਿ ਡੋਲੂ ਮੰਝ ਨੂੰ ਲਈ ਬਣਾਇਆ ਗਿਆ ਹੈ ਕੁਐਸਚਨ ਜੇਕਰ ਤੁਸੀਂ fully prepare ਹੋ ਪੜ ਕੇ ਗਏ ਹੋ ਤਾਂ ਤੁਸੀਂ ਇੱਥੇ ਮਾਰ ਨਹੀਂ ਖਾਂਦੇ ਬਟ ਜੇਕਰ ਤੁਸੀਂ ਨਹੀਂ ਪੜ ਕੇ ਗਏ ਹੋ ਤਾਂ ਪੰਜ ਤੁਸੀਂ ਕਹੋਗੇ ਦਬਾਬ ਪੰਜ ਹਨ ਅਤੇ ਕੀ ਹੈ ਪੰਜ ਦਬਾਬਾਂ ਦੀ ਧਰਤੀ ਹੋ ਸਕਦਾ ਤਾਂ ਕੀ ਹੈ ਗਲਤ ਹੋ ਜਾਣਾ ਸਹੀ ਬਟ ਕੀ ਹੈ ਇੱਥੇ ਤੁਸੀਂ ਆਨਸਰ ਪੰਜ ਦਰਿਆਵਾਂ ਦੀ ਧਰਤੀ ਲਾ ਕੇ ਜਾਓਗੇ ਪੇਪਰ ਦੇ ਵਿੱਚ ਇਸ ਤਰ੍ਹਾਂ ਕੁਐਸਚਨ ਐਗਜ਼ਾਮੀਨਰ ਸੈੱਟ ਕਰਦਾ ਹੈ ਦੋਸਤੋ ਅਗਲਾ ਕੁਐਸਚਨ ਦੇਖਿਆ ਜੇ ਵੇ ਕਹਿੰਦਾ ਹੈ ਜੰਗਲਾਂ ਅਧੀਨ ਪੰਜਾਬ ਦਾ ਕੁੱਲ ਰਕਬਾ ਕਿੰਨਾ ਹੈ ਤਾਂ ਇਹ ਫੈਕਚੁਅਲ ਜਿਹਾ ਕੁਐਸਚਨ ਹੈ 3084 ਵਰਗ ਕਿਲੋਮੀਟਰ ਯਾਦ ਰੱਖਣਾ ਦੋਸਤੋ ਉੱਥੇ ਆਪਸ਼ਨ ਦੇ ਵਿੱਚ 3084 ਪਾਵੇਗਾ ਬਟ ਪਿੱਛੇ ਕੀ ਪਾ ਦੋਵੇਗਾ ਕਿਲੋਮੀਟਰ ਜਾਂ ਮੀਟਰ ਕੁਛ ਮਰਜ਼ੀ ਪਾ ਸਕਦਾ ਹੈ ਜਾਣ ਕੇ ਪਾਵੇਗਾ ਤਾਂ ਜੋ ਤੁਸੀਂ ਇਹ ਕੁਐਸਚਨ ਨੂੰ ਗਲਤ ਕਰਕੇ ਉੱਤੇ ਕਰਿਆ ਕੇ ਕਹੋ ਹਾਏ ਮੇਰਾ ਰੱਬਾ ਗਲਤ ਹੋ ਗਿਆ ਮੇਰਾ ਤਾਂ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਨੀ ਵਰਗ ਨੂੰ ਹਮੇਸ਼ਾ ਲੈ ਕੇ ਚੱਲਣਾ ਹੈ ਤੁਸੀਂ ਵਰਗ ਕਿਲੋਮੀਟਰ ਦੇ ਵਿੱਚ ਤੇ ਕਰਦੇ ਆਪਾਂ ਇਸ ਦੇ ਨਾਲ ਹੋਰ ਰਿਲੇਟਡ ਕੁਐਸਚਨ ਦੋਸਤੋ ਜੋ ਪੇਪਰ 'ਚ ਬਣ ਸਕਦੇ ਹਨ ਹੁਣ ਜੰਗਲ ਸਭ ਤੋਂ ਵੱਧ ਜੰਗਲ ਕਿੱਥੇ ਹਨ ਸਾਡੇ ਹੁਸ਼ਿਆਰਪੁਰ ਦੇ ਵਿੱਚ ਹਨ ਸਰ ਜੀ ਯਾਦ ਰੱਖਣਾ ਹੈ ਕਿਸ ਤਰ੍ਹਾਂ ਯਾਦ ਰੱਖਾਂਗੇ ਯਾਦ ਰੱਖਣਾ ਹੈ ਸਭ ਤੋਂ ਵੱਧ ਪੜ੍ਹੇ ਲਿਖੇ ਲੋਕ ਹੁਸ਼ਿਆਰ ਲੋਕ ਹੁਸ਼ਿਆਰਪੁਰ 'ਚ ਹਨ ਮਤਲਬ ਕਿ ਇਹ ਲਿਟਰੇਸੀ ਰੇਟ ਹੈ ਜੋ ਉੱਥੇ ਵੱਧ ਹੈ ਤੇ ਕੀ ਹੈ ਜੇਕਰ ਪੜਨ ਵਾਲੇ ਬੱਚੇ ਜ਼ਿਆਦਾ ਹਨ ਤਾਂ ਉਹ ਕੀ ਆ ਦਰਖਤਾਂ ਥੱਲੇ ਬਹਿ ਕੇ ਪੜਨ ਦੇ ਸ਼ੌਕੀਨ ਹਨ ਤਾਂ ਯਾਦ ਰੱਖਣੀ ਹੈ ਇਹ ਟ੍ਰਿਕ ਕਿ ਜਿੱਥੇ ਦਰਖਤਾਂ ਥੱਲੇ ਬੈੰਡ ਦੇ ਸ਼ਕੀਨ ਹਨ ਤੇ ਜਿੱਥੇ ਬੱਚੇ ਜ਼ਿਆਦਾ ਹਨ ਉੱਥੇ ਦਰਖਤ ਵੀ ਜ਼ਿਆਦਾ ਹਨ ਤਾਂ ਕੀ ਹੈ ਜੰਗਲ ਸਭ ਤੋਂ ਵੱਧ ਕਿੱਥੇ ਹਨ ਹੁਸ਼ਿਆਰਪੁਰ ਦੇ ਵਿੱਚ ਹਨ ਦੋਸਤੋ ਯਾਦ ਰੱਖਣਾ ਹੈ ਤਿੰਨ ਚੀਜ਼ਾਂ ਤੁਹਾਨੂੰ ਮੈਂ ਦੱਸ ਦਿੱਤੀਆਂ ਇੱਕ ਕੀ ਹੈ ਲਿਟਰੇਸੀ ਰੇਟ ਵੱਧ ਕਿੱਥੇ ਹੈ ਦੂਸਰਾ ਜੰਗਲ ਕਿੱਥੇ ਹਨ ਵੱਧ ਤੇ ਕੀ ਹੈ ਇਹ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਦੋਸਤੋ ਤੇ ਇੱਕ ਤਾਂ ਇਹ ਕੁਐਸਚਨ ਬਣ ਹੀ ਗਿਆ ਸੀ ਉਸ ਤੱਕ ਚੱਲ ਜਾਵੇ ਕਹਿੰਦਾ ਹੈ ਦੋਸਤੋ ਸप्त ਸਿੱਧੂ ਵਿੱਚ ਕਿੰਨੀਆਂ ਨਦੀਆਂ ਸਨ ਤਾਂ ਸप्त ਸਿੱਧੂ ਦੇ ਵਿੱਚ ਕਿੰਨੀਆਂ ਨਦੀਆਂ ਸਨ ਤਾਂ ਦੋਸਤੋ ਸੱਤ ਦਾ ਮਤਲਬ ਹੀ ਸੱਤ ਹੈ ਤਾਂ ਕੋਈ ਨਹੀਂ ਗਲਤ ਕਰਕੇ ਆਵੇਗਾ ਤੇ ਇਸ ਦਾ ਆਨਸਰ ਕਿਹਾ ਜਾਵੇਗਾ ਸੱਤ ਆ ਜਾਵੇਗਾ ਸਰ ਜੀ ਸਾਨੂੰ ਪਤਾ ਹੈ ਬਿਆਸ ਸਤਲੁਜ ਰਾਵੀ ਤਾਂ ਪੰਜਾਬ 'ਚ ਹਨ ਤੇ ਕੀ ਹੈ ਜੇਲਮ ਅਤੇ ਚਨਾਬ ਪਾਕਿਸਤਾਨ ਚ ਹਨ ਤੇ ਇੱਕ ਕੀਏ ਵਿੱਚ ਸਿੰਧ ਨਦੀ ਵੀ ਆਉਂਦੀ ਹੈ ਜਿਸ ਦੀਆਂ ਸਹਾਇਕ ਨਦੀਆਂ ਯਾਦ ਰੱਖਣਾ ਹੈ ਸਹਾਇਕ ਨਦੀਆਂ ਸਹਾਇਕ ਨਦੀਆਂ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਦੋਸਤੋ ਇਹ ਕੁਐਸਚਨ ਆ ਸਕਦਾ ਹੈ ਕਿ ਇਹਨਾਂ ਵਿੱਚੋਂ ਸਿੰਧ ਦੀ ਸਹਾਇਕ ਨਦੀ ਕਿਹੜੀ ਹੈ ਤਾਂ ਕਿ ਇਹ ਡੋਲੂ ਮੰਜਨ ਵਾਲਾ ਕੁਐਸਚਨ ਬਣ ਸਕਦਾ ਹੈ ਤਾਂ ਦੋਸਤੋ ਇਸ ਦਾ ਆਨਸਰ ਸੀ 7 ਉਸ ਤੋਂ ਕਿ ਚੱਲਿਆ ਜਾਵੇ ਤਾਂ ਕਹਿੰਦਾ ਹੈ ਪੈਂਟਾਪੋਟਾਮੀਆਂ ਦਾ ਕੀ ਅਰਥ ਹੈ ਹੁਣ ਪੈਂਟਾ ਪੋਟਾਮੀਆਂ ਦਾ ਕੀ ਅਰਥ ਹੈ ਤਾਂ ਦੋਸਤੋ ਸਾਰਿਆਂ ਨੂੰ ਪਤਾ ਹੈ ਦੋ ਦਰਿਆਵਾਂ ਦੀ ਧਰਤੀ ਨਹੀਂ ਆ ਸਕਦਾ ਸਰ ਜੀ ਅਸੀਂ ਨਹੀਂ ਗਲਤ ਕਰਕੇ ਆਉਂਦੇ ਬੜਾ ਸੌਖਾ ਕੁਐਸਚਨ ਹੈ ਚਾਰ ਦਰਿਆਵਾਂ ਦੀ ਧਰਤੀ ਸੱਤ ਦਰਿਆਵਾਂ ਦੀ ਧਰਤੀ ਤਾਂ ਇਹ ਕਿਹਾ ਜਾਵੇਗਾ ਪੰਜ ਦਰਿਆਵਾਂ ਦੀ ਧਰਤੀ ਹਾਂਜੀ ਦੋਸਤੋ ਇੱਕ ਗੱਲ ਹੋਰ ਦੱਸ ਦਵਾਂ ਪੇਪਰ ਦੇ ਵਿੱਚ ਤੁਸੀਂ ਕੀ ਹੈ ਚਾਰੇ ਆਪਸ਼ਨਾਂ ਪੜ੍ਹਨੀਆਂ ਹਨ ਇੱਕ ਆਪਸ਼ਨ ਦੇਖ ਕੇ ਉਸਤੇ ਟੈਕ ਨਹੀਂ ਕਰਨੀ ਕਿਉਂ ਕਹਿ ਰਿਹਾ ਹਾਂ ਇਹ ਕਿਉਂਕਿ ਦੋਸਤੋ ਐਗਜ਼ਾਮੀਨਰ ਤੇਜ ਹੀ ਇੰਨਾ ਹੈ ਤੁਹਾਡਾ ਗਲਤ ਕਰਾਵੇਗਾ ਕੁਐਸਚਨ ਤਾਂ ਕਾਲੀ ਨਹੀਂ ਕਰਨੀ ਕੋਈ ਗੱਲ ਨਹੀਂ 2 ਸੈਕਿੰਡ 3 ਸੈਕਿੰਡ ਦਾ ਸਮਾਂ ਤੁਸੀਂ ਦੇਓ ਕੁਐਸਚਨ ਨੂੰ ਕੋਈ ਗੱਲ ਨਹੀਂ 10 ਸੈਕਿੰਡ ਤੱਕ ਦਿੰਦੇ ਹਨ ਸਾਰੇ ਆਨਲਾਈਨ ਦੇ ਵਿੱਚ 5 ਸੈਕਿੰਡ ਦਾ ਸਮਾਂ ਦਿੰਦੇ ਹਨ ਤਾਂ ਕੀ ਹੈ 2 3 ਸੈਕਿੰਡ ਕੋਈ ਜ਼ਿਆਦਾ ਸਾਡੇ ਲਈ ਨਹੀਂ ਹਨ ਤਾਂ ਵਿਜ਼ੂਅਲ ਇਨਸਪੈਕਸ਼ਨ ਦੇ ਨਾਲ ਦੇਖੋ ਟੈਕ ਨਾ ਕਰਕੇ ਦੇਖੋ ਵਿਜ਼ੂਅਲ ਇਨਸਪੈਕਸ਼ਨ ਦੇ ਨਾਲ ਕਿਹੜੀ ਕਿਹੜੀ ਆਪਸ਼ਨ ਹੈ ਤੇ ਸਭ ਤੋਂ ਜ਼ਿਆਦਾ ਮਾਰ ਕੰਪਿਊਟਰ ਦੇ ਕੁਐਸਚਨਾਂ 'ਚ ਪੈਂਦੀ ਹੈ ਜੇਕਰ ਇਸ ਤਰ੍ਹਾਂ ਅਸੀਂ ਨਾ ਕਰਕੇ ਉਸ ਤੋਂ ਅੱਗੇ ਦੇਖਿਆ ਜਾਵੇ ਕਹਿੰਦਾ ਹੈ ਹਿਮਾਲਿਆ ਪਹਾੜ ਪੰਜਾਬ ਦੀ ਕਿਸ ਦਿਸ਼ਾ ਵਿੱਚ ਸਥਿਤ ਹੈ ਤਾਂ ਡੋਲੂ ਮੰਜਨ ਵਾਲਾ ਕੁਐਸਚਨ ਹੈ ਦੋਸਤੋ ਹੁਣ ਹਿਮਾਲਿਆ ਦੀ ਗੱਲ ਕੀਤੀ ਜਾਵੇ ਪੰਜਾਬ ਸਰਜੀ ਸਾਡਾ ਟਿਕੋਣਾ ਹੈ ਤੇ ਇੱਥੋਂ ਕੀ ਹੈ ਹਿਮਾਲਿਆ ਸ਼ੁਰੂ ਹੁੰਦਾ ਹੈ ਤੇ ਇੱਥੇ ਤੱਕ ਆਉਂਦਾ ਹੈ ਤਾਂ ਇਧਰ ਕੀ ਹੈ ਤੇ ਇਧਰ ਕੀ ਹੈ ਉੱਪਰ ਕੀ ਆ ਗਿਆ ਸਾਨੂੰ ਪਤਾ ਹੈ ਇਹ ਹੈ ਉੱਤਰ ਹੈ ਤੇ ਇੱਥੇ ਕੀ ਹੈ ਪੂਰਬ ਹੈ ਤਾਂ ਡੋਲੂ ਮਾਂਜਣ ਵਾਲਾ ਕੁਐਸਚਨ ਇਸ ਕਰਕੇ ਕਿਹਾ ਹੈ ਕਿਉਂਕਿ ਇੱਥੇ ਕੀ ਹੈ ਪੂਰਬੀ ਦਿਸ਼ਾ 'ਚ ਪਾਇਆ ਤਾਂ ਇੱਥੇ ਅਨਸਰ ਕੀ ਆ ਜਾਵੇਗਾ ਉੱਤਰ ਪੂਰਬੀ ਆ ਜਾ ਕਿਉਂਕਿ ਤੁਸੀਂ ਸਾਰੇ ਕਹੋਗੇ ਉੱਤਰ ਦੇ ਵਿੱਚ ਹਿਮਾਲਿਆ ਹੈ ਤਾਂ ਇਸ ਦਾ ਅਨਸਰ ਕੋਈ ਨਹੀਂ ਲਾ ਕੇ ਆਵਾਂਗੇ ਤਾਂ ਕੀ ਹੋ ਜਾਵੇਗਾ ਕੱਟ ਹੋ ਜਾਵੇਗਾ 1.25 ਨੰਬਰ ਕੱਟ ਹੋ ਜਾਣਗੇ ਤੁਹਾਡੇ ਡੋਲੂ ਮਾਂਜਿਆ ਜਾਵੇਗਾ ਤਾਂ ਬਚਣਾ ਹੈ ਇਹਨਾਂ ਤੋਂ ਉਸ ਤੋਂ ਅੱਗੇ ਚੱਲੇ ਜਾਵੇ ਕਹਿੰਦਾ ਹੈ ਪੰਗੋਲਕ ਤੌਰ ਤੇ ਪੰਜਾਬ ਦੀ ਧਰਤੀ ਨੂੰ ਕਿੰਨੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਹੁਣ ਬੜਾ ਸੋਹਣਾ ਕੁਐਸਚਨ ਹੈ ਇਹ ਪੰਜਾਬ ਦੀ ਧਰਤੀ ਨੂੰ ਕਿੰਨੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਕਾਸਚ ਪੰਗੋਲਿਕ ਤੌਰ ਤੇ ਤਾਂ ਤੁਹਾਨੂੰ ਸਾਰ ਨੂੰ ਪਤਾ ਹੈ ਮਾਝਾ ਮਾਲਵਾ ਦੁਆਬਾ ਤਿੰਨ ਖੇਤਰਾਂ ਨੇ ਤੇ ਖੇਤਰ ਨਹੀਂ ਪਾਇਆ ਇੱਥੇ ਹਿੱਸੇ ਪਾਇਆ ਹੈ ਤਾਂ ਇੱਥੇ ਕੀ ਹੈ ਸਾਡੇ ਤਿੰਨ ਆ ਜਾਣਗੇ ਮਾਝਾ ਮਾਲਵਾ ਤੇ ਦੁਆਬਾ ਤਿੰਨ ਸਾਡੇ ਕੀ ਆ ਇਹ ਆਗੇ ਤੇ ਤੁਹਾਨੂੰ ਪਤਾ ਹੈ ਮਾਝੇ ਅਤੇ ਦੁਆਬੇ ਦੇ ਵਿੱਚ ਕੀ ਆ ਚਾਰ-ਚਾਰ ਜ਼ਿਲ੍ਹੇ ਹਨ ਅਤੇ ਮਾਲਵੇ ਦੇ ਵਿੱਚ ਕੀ ਆ ਸਾਡੇ ਹੁਣ 15 ਹਨ ਕਿਉਂਕਿ 23ਵਾਂ ਜ਼ਿਲ੍ਹਾ ਜੋ ਬਣਿਆ ਸੀ ਉਹ ਮਲੇਰਕੋਟਲਾ ਬਣਿਆ ਸੀ ਕਿਸ ਤੋਂ ਬਣਿਆ ਸੀ ਇਹ ਕਮੈਂਟ ਬਾਕਸ ਵਿੱਚ ਦੱਸ ਦਿਨਾ ਕਿਉਂਕਿ ਇਹ ਕੁਐਸਚਨ ਬਣਿਆ ਵੀ ਸੀ ਤੇ ਕਰੰਟ ਅਫੇਅਰ ਦੇ ਵਿੱਚ ਕੀ ਆ ਤੁਹਾਨੂੰ ਪਤਾ ਹੈ ਕਿ ਪੁਰਾਣੇ ਕੁਐਸਚਨ ਵੀ ਪੁੱਛ ਲੈਂਦਾ ਹੈ ਤਾਂ ਕੀ ਆ ਉੱਥੇ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ ਕੁਸਤ ਅਗੇ ਚੱਲੇ ਜਾਵੇ ਕਹਿੰਦਾ ਹੈ ਕਿਹੜੀ ਭਾਸ਼ਾ ਤੋਂ ਦਵਾਬ ਸ਼ਬਦ ਲਿਆ ਗਿਆ ਹੈ ਤਾਂ ਬੜਾ ਇੰਪੋਰਟੈਂਟ ਕੁਸਚਨ ਹੈ ਦੋਸਤੋ ਦਵਾਬ ਤਾਂ ਦਵਾਬ ਕਿੱਥੋਂ ਲਿਆ ਗਿਆ ਹੈ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਪੰਜਾਬ ਸ਼ਬਦ ਜੇਕਰ ਅਸੀਂ ਫਾਰਸੀ ਤੋਂ ਲਿਆ ਹੈ ਦਾ ਦਬਾਬ ਸ਼ਬਦ ਵੀ ਅਸੀਂ ਕੀ ਹੈ ਫਾਰਸੀ ਤੋਂ ਉਹ ਵੀ ਸ ਹੈ ਲਿਆ ਹੋਵੇਗਾ ਇੱਥੇ ਫਿਰ ਤੁਸੀਂ ਗਲਤੀ ਕਰ ਕਿਉਂਗੇ ਅਰਬੀ ਲਾ ਕੇ ਆਉਂਗੇ ਤੇ 1.25 ਨੰਬਰ ਕਟਵਾ ਕੇ ਆਉਂਗੇ ਤਾਂ ਇਹ ਗਲਤੀ ਬਿਲਕੁਲ ਨਹੀਂ ਕਰਨੀ ਉਸ ਤੋਂ ਅੱਗੇ ਚੱਲੇ ਜਾਵੇ ਕਹਿੰਦਾ ਹੈ ਦਬਾਬ ਤੋਂ ਤੁਹਾਡਾ ਕੀ ਅਰਥ ਹੈ ਦੇਖੋ ਦੋਸਤੋ ਬੜੇ ਸੋਹਣੇ ਕੁਐਸਚਨ ਲੈ ਕੇ ਆਇਆ ਹਾਂ ਤੁਹਾਡੇ ਲਈ ਦਬਾਬ ਤੋਂ ਤੁਹਾਡਾ ਕੀ ਅਰਥ ਹੈ ਸਾਡੇ ਕਿੰਨੇ ਦਬਾਬ ਹਨ ਤਾਂ ਟੋਟਲ ਦਾ 5 ਹਨ ਵਟ ਕੀ ਹੈ ਪਾਕਿਸਤਾਨ ਦੇ ਇੰਡੀਆ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਇੱਥੇ ਕੀ ਹੈ ਜੋ ਹਨ ਸਾਡੇ ਕੀ ਹੈ ਤਿੰਨ ਦਵਾਬ ਆ ਗਏ ਤੇ ਇੱਥੇ ਕੀ ਹੈ ਦੋ ਦਵਾਬ ਆ ਗਈ ਆ ਇੱਥੇ ਚਲੋ ਇੱਥੇ ਲਾ ਲਿਆ ਆਪਾਂ ਟੋਟਲ 5 ਹਨ ਸਾਡੇ ਠੀਕ ਹੈ ਜੀ ਤਾਂ ਕੀ ਹੈ ਇਸ ਤੋਂ ਅੱਗੇ ਚੱਲੇ ਜਾਈਏ ਇੱਥੇ ਆਨਸਰ ਸੀ ਜੋ ਦੋ ਦਰਿਆਵਾਂ ਦੀ ਧਰਤੀ ਹੁਣ ਤੁਹਾਨੂੰ ਮੈਂ ਕਿਹਾ ਹੈ ਚਾਰੇ ਆਪਸ਼ਨਾਂ ਪੜ੍ਹ ਲੈਣ ਦੋ ਦਰਿਆਵਾਂ ਦੀ ਧਰਤੀ ਤੁਸੀਂ ਲਾਓਗੇ ਕਾਲੀ-ਕਾਲੀ 'ਚ ਗਲਤ ਹੋ ਜਾਵੇਗਾ 1.25 ਨੰਬਰ ਚਲੇ ਜਾਣਗੇ ਡੋਲੂ ਮਾਜ ਜਾਵੇਗਾ ਇਹ ਬਿਲਕੁਲ ਗਲਤੀ ਨਹੀਂ ਕਰਨੀ ਜੋ ਇਸ ਤੋਂ ਪਹਿਲਾਂ ਗਲਤੀਆਂ ਕੀਤੀਆਂ ਨੇ ਸੁਧਾਰੂ ਉਹਨਾਂ ਨੂੰ ਤਾਂ ਉਹ ਕੀ ਹੈ IMS Institute ਲਗਾ ਕੇ ਹੀ ਸੁਧਰ ਸਕਦੀਆਂ ਹਨ ਕਹਿੰਦਾ ਹੈ ਦਰਿਆਵਾਂ ਦੀ ਧਰਤੀ ਤਾਂ ਇਹ ਤਾਂ ਆ ਹੀ ਨਹੀਂ ਸਕਦਾ ਦੋ ਦਰਿਆਵਾਂ ਦੇ ਵਿਚਕਾਰ ਦਾ ਖੇਤਰ ਤਾਂ ਓਬਵੀਅਸ ਹੈ ਇਹ ਆਵੇਗਾ ਬਹੁਤ ਜ਼ਿਆਦਾ ਕੁਐਸਚਨ ਆ ਰਿਹਾ ਹੈ ਕਦੇ ਇਹ ਕਹਿ ਦਿੰਦਾ ਹੈ ਬਿਆਸ ਅਤੇ ਸਤਲੁਜ ਦੇ ਇਲਾਕੇ ਨੂੰ ਕੀ ਕਿਹਾ ਜਾਂਦਾ ਹੈ ਉਸ ਦੇ ਵਿਚਕਾਰਲੇ ਇਲਾਕੇ ਨੂੰ ਕੀ ਕਿਹਾ ਜਾਂਦਾ ਹੈ ਦੁਆਬਾ ਕਿਸ ਨੂੰ ਕਿਹਾ ਜਾਂਦਾ ਹੈ ਦੋ ਦਰਿਆਵਾਂ ਦੇ ਵਿਚਕਾਰਲੇ ਖੇਤਰ ਨੂੰ ਕੀ ਕਹਿੰਦਾ ਹੈ ਪੀ ਟ੍ਰਿਪਲ ਐਸ ਬੀ ਦਾ ਤਾਂ ਇਹ ਬਹੁਤ ਹੀ ਜ਼ਿਆਦਾ ਕੀ ਹੈ ਇਹ ਕੁਐਸਚਨ ਬਣ ਚੁੱਕਿਆ ਹੈ ਕਿ ਇਹ ਕੁਐਸਚਨ ਪੁੱਛਣਾ ਹੀ ਪੁੱਛਣਾ ਹੈ ਤਾ ਉਸ ਤੋਂ ਅੱਗੇ ਚੱਲੇ ਜਾਵੇ ਕਹਿੰਦਾ ਹੈ ਆਪ ਦਾ ਕੀ ਅਰਥ ਹੈ ਆਪ ਦਾ ਕੀ ਅਰਥ ਹੈ ਤਾਂ ਤੁਸੀਂ ਕਹੋਗੇ ਪੰਜ ਆਪ ਪੰਜ ਦਰਿਆਵਾਂ ਦੀ ਧਰਤੀ ਤਾਂ ਇੱਥੇ ਦਰਿਆ ਲਾ ਕੇ ਆ ਜਾਉਂਗੇ ਤੇ ਕੀ ਹੋ ਜਾਏ ਗਲਤ ਹੋ ਜਾਊਗਾ 1.25 ਨੰਬਰ ਤੁਹਾਡੇ ਚਲੇ ਜਾਣਗੇ ਬਟ ਇੱਥੇ ਆਨਸਰ ਕੀ ਆਇਆ ਜਾਵੇਗਾ ਪਾਣੀ ਆ ਜਾਵੇਗਾ ਪਾਣੀ ਇਸ ਦਾ ਕੀ ਹੈ ਰਾਈਟ ਆਨਸਰ ਹੈ ਕਿਉਂਕਿ ਜੇᱫੋ ਸ਼ਰਾਬ ਕਹਿੰਦੇ ਹਾਂ ਤਾਂ ਉਸ ਦੇ ਵਿੱਚ ਵੀ ਆਪ ਹੁੰਦੀ ਹੈ ਪਾਣੀ ਤਾਂ ਹੁੰਦਾ ਹੀ ਹੈ ਪਾਣੀ ਕੀ ਹੈ ਇਸ ਦਾ ਰਾਈਟ ਆਨਸਰ ਹੋਵੇਗਾ ਇਸ ਤੋਂ ਅੱਗੇ ਚੱਲ ਜਾਵੇ ਕਹਿੰਦਾ ਹੈ ਪੰਜ ਦਵਾਬਾਂ ਦੇ ਨਾਮ ਕਿਸ ਧਾਰਨਾ ਦੇ ਆਧਾਰ ਤੇ ਹਨ ਤਾਂ ਸ਼ਹਿਰ ਦੇ ਨਾਮ ਤੇ ਬਿਲਕੁਲ ਨਹੀਂ ਆ ਸਕਦਾ ਮਿੱਟੀ ਦੀ ਉਪਜਾਊ ਸ਼ਕਤੀ ਕਾਲੀ ਕਾਲੀ ਜਿੱਤਾ ਤੁਸੀਂ ਕੀ ਆ ਇਹ ਲਾ ਕੇ ਆਉਂਗੇ ਬਟ ਇਹ ਵੀ ਨਹੀਂ ਆ ਸਕਦਾ ਮੈਦਾਨ ਇਹ ਵੀ ਨਹੀਂ ਆ ਸਕਦਾ ਦਰਿਆ ਦੇ ਨਾਮ ਤਾਂ ਇਹ ਕੀ ਹੋ ਜਾਵੇਗਾ ਤੁਹਾਡਾ ਰਾਈਟ ਆਂਸਰ ਹੋ ਜਾਵੇਗਾ ਦੋਸਤੋ ਦੋਸਤੋ ਅਗੇ ਚੱਲੇ ਜਾ ਵੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਜੋ ਹੈ ਉਹ ਪੰਜ ਦਬਾਬਾਂ ਦੇ ਨਾਮ ਹੁਣ ਦਬਾਬ ਕਿੰਨੇ ਹਨ ਤੁਹਾਡੇ ਸਾਡੇ ਸਰਜੀ ਪੰਜ ਦਬਾਬ ਹਨ ਇੱਥੇ ਇਹਨਾਂ ਨੇ ਲਿਖਿਆ ਹੀ ਹੈ ਪੰਜ ਦਬਾਬਾਂ ਦੇ ਨਾਮ ਮਤਲਬ ਕਿ ਦਬਾਬ ਕਿੰਨੇ ਹਨ ਪੰਜ ਹਨ ਯਾਦ ਰੱਖਣਾ ਇਹ ਦੋਸਤੋ ਮੈਂ ਜਾਣ ਕੇ ਦੱਸਣਾ ਪੇਪਰ 'ਚ ਆਵੇਗਾ ਉਸ ਤੋਂ ਅਗਲਾ ਕੁਐਸਚਨ ਇੰਪੋਰਟੈਂਟ ਕੁਐਸਚਨ ਆ ਗਿਆ ਰੇ ਦਾ ਇੱਕ ਹੋਰ ਨਾਮ ਇਸ ਨੂੰ ਮੈਂ ਤੁਹਾਨੂੰ ਟ੍ਰਿਕ ਦੇ ਨਾਲ ਵੀ ਦੱਸਾਂਗਾ ਤੇ ਵੈਸੇ ਵੀ ਇਸ ਦਾ ਆਨਸਰ ਤੁਹਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਪੀ ਟ੍ਰਿਪਲ ਐਸ ਬੀ ਦੇ ਵਿੱਚ ਆਇਆ ਹੋਇਆ ਕੁਐਸਚਨ ਹੈ ਤੇ ਇਸ ਤਰ੍ਹਾਂ ਦੇ ਜਦੋਂ ਕੁਐਸਚਨ ਆ ਜਾਂਦੇ ਹਨ ਤਾਂ ਡੋਲੂ ਮੰਜਵਾਉਣ ਵਾਲੇ ਕੁਐਸਚਨ ਉਹਦੇ ਨਾਲ ਜਾਂ ਛੱਡ ਦਿੱਤਾ ਜਾਂਦਾ ਹੈ ਜਾਂ ਤੁੱਕਾ ਲਾ ਦਿੱਤਾ ਜਾਂਦਾ ਹੈ ਤਾਂ ਜੇਕਰ ਦਾ ਤੁਸੀਂ ਸੌਰੀ ਕਹਿ ਦਿੱਤਾ ਮਤਲਬ ਕਿ ਛੱਡ ਦਿੱਤਾ ਜੇਕਰ ਤੁੱਕਾ ਲਾ ਦਿੱਤਾ ਤਾਂ 1 ਨੰਬਰ ਆ ਵੀ ਸਕਦਾ ਹੈ 1 ਤੋਂ 25 ਨੰਬਰ ਜਾ ਵੀ ਸਕਦੇ ਹਨ ਤਾਂ ਅੱਜ ਤੋਂ ਬਾਅਦ ਨਹੀਂ ਜਾਣਗੇ ਰੇ ਦਾ ਇੱਕ ਹੋਰ ਨਾਮ ਕੀ ਹੈ ਤਾਂ ਉਸ ਦਾ ਨਾਮ ਹੈ ਸਰਜੀ ਭੰਗਰ ਕੀ ਹੈ ਇਸ ਦਾ ਨਾਮ ਹੈ ਭੰਗਰ ਰੇ ਦਾ ਇੱਕ ਹੋਰ ਨਾਮ ਹੁਣ ਗੱਲ ਕੀਤੀ ਹੈ ਵੀ ਟ੍ਰਿਕ ਦੀ ਜੇਕਰ ਟ੍ਰਿਕ ਦੀ ਗੱਲ ਕਰੀਏ ਤਾਂ ਦੇਖੋ ਜੇਕਰ ਰੇ ਅਸੀਂ ਬੂਟਿਆਂ ਨੂੰ ਪਾਉਣੇ ਹਾਂ ਤਾਂ ਕੀ ਹੋ ਜਾਂਦਾ ਜੋ ਉੱਥੇ ਕੀਟਨਾਸ਼ਕ ਹੁੰਦੇ ਉਹਨਾਂ ਨੂੰ ਕੀਟਨ ਨਾਸ਼ ਕਰਨ ਵਾਲੀ ਹੁੰਦੀ ਹੈ ਰੇ ਤਾਂ ਕਿ ਇਹ ਰੇ ਦੇ ਨਾਲ ਪਿਆਦਾਵਰ ਵਧੀਆ ਹੁੰਦੀ ਹੈ ਜੋ ਕੀ ਹੈ ਨਿੱਕੇ ਮੂٹے ਜੀਵ ਹੁੰਦੇ ਹਨ ਉਹ ਮਰ ਜਾਂਦੇ ਹਨ ਬਟ ਜੇਕਰ ਭੰਗ ਪੀ ਲਈ ਜਾਵੇ ਤਾਂ ਭੰਗ ਪੀ ਲਈ ਜਾਵੇ ਤਾਂ ਉਦੋਂ ਵੀ ਕੀ ਹੈ ਸਾਰੇ ਡਾਵਾ ਡੂਲ ਹੋ ਜਾਂਦੇ ਹਨ ਉਸ ਦੇ ਨਾਲ ਕੀ ਹੋ ਜਾਂਦਾ ਹੈ ਭੰਗ ਚੜ ਜਾਂਦੀ ਹੈ ਤਾਂ ਯਾਦ ਰੱਖਣਾ ਹੈ ਰੇ ਤੇ ਭੰਗ ਰੇ ਤੇ ਭੰਗ ਆਈ ਹੋਪ ਤੁਸੀਂ ਹੁਣ ਇਹ ਕੁਐਸਚਨ ਬਿਲਕੁਲ ਨਹੀਂ ਗਲਤ ਕਰੋਗੇ ਰੇ ਦਾ ਇੱਕ ਹੋਰ ਨਾਮ ਹੈ ਉਹ ਕੀ ਹੈ ਭੰਗ ਹੈ ਤੁਸੀਂ ਭੰਗ ਬੋਲਿਓ ਰਾਰਾ ਆਪੇ ਤੁਹਾਨੂੰ ਦਿਸਨ ਨੂੰ ਮਿਲ ਜਾਵੇਗਾ ਉਸ ਤੋਂ ਅਗਲਾ ਕੁਐਸਚਨ ਕਹਿੰਦਾ ਹੈ ਦੋਸਤੋ ਬਾਹਰੀ ਦਬਾਅ ਦੇ ਵਾਸੀਆਂ ਨੂੰ ਕਿਸ ਤੌਰ ਤੇ ਜਾਣਿਆ ਜਾਂਦਾ ਹੈ ਹੁਣ ਬਾਹਰੀ ਦਬਾਅ ਦੇ ਦੇਖੋ ਬੜਾ ਇੰਪੋਰਟੈਂਟ ਕੁਐਸਚਨ ਹੈ ਪੀ ਟ੍ਰਿਪਲੱਸ ਬੀ ਦਾ ਪੁੱਛਿਆ ਹੋਇਆ ਕੁਐਸਚਨ ਹੈ ਤੇ ਬੜਾ ਇੰਪੋਰਟੈਂਟ ਕੁਐਸਚਨ ਹੈ ਬਾਹਰੀ ਦਬਾਅ ਦੇ ਵਾਸੀਆਂ ਨੂੰ ਕਿਸ ਤੌਰ ਤੇ ਜਾਣਿਆ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਪਤਾ ਹੁਣ ਜਾਂਦਾ ਹੈ ਬਾਰੀ ਦਵਾਬ ਕਿਸ ਕਿਸ ਦੇ ਵਿੱਚ ਕਰ ਰਲਾਕਾ ਹੈ ਸਰ ਜੀ ਸਾਨੂੰ ਪਤਾ ਹੈ ਬੱਬੇ ਤੇ ਕੀ ਹੈ ਬਿਆਸ ਹੈ ਤੇ ਰਾਰੀ ਦੇ ਕੀ ਹੈ ਰਾਵੀ ਹੈ ਇਹਨਾਂ ਦੋਨਾਂ ਦੇ ਵਿੱਚ ਕਰ ਰਲੇ ਲਾਕੇ ਨੂੰ ਕੀ ਕਿਹਾ ਜਾਂਦਾ ਬਾਰੀ ਦਵਾਬ ਕਹਿੰਦਾ ਫਰਵਰੀ ਦਵਾਬ ਕਹਿੰਦੇ ਹਨ ਬਟ ਕੀ ਹੈ ਇੱਥੇ ਪੁੱਛਿਆ ਹੈ ਮਲਬਈ ਬਾਂਗਰ ਹਾਜੀ ਜਾਂ ਮਝੈਲ ਤਾਂ ਦੇਖੋ ਬੜਾ ਕੁਐਸਚਨ ਉਹਨਾਂ ਨੇ ਪੁੱਛਿਆ ਗਿਆ ਹੈ ਪੀਟੀ ਪਲੱਸ ਵੀ ਦੁਬਾਰਾ ਤੇ ਪੇਪਰ ਦੇ ਵਿੱਚ ਕੀ ਹੈ ਇਸ ਦਾ ਆਨਸਰ ਕੀ ਹੈ 85% ਜਾਣ ਨੂੰ ਪਤਾ ਹੋਵੇਗਾ ਵੈਸੇ ਕੀ ਹੈ 85 ਵੀ ਬਹੁਤ ਜ਼ਿਆਦਾ ਹੈਗਾ ਘੱਟ ਜਾਣ ਨੂੰ ਪਤਾ ਹੋਵੇਗਾ ਬਟ ਇਸ ਦਾ ਆਨਸਰ ਆ ਜਾਵੇਗਾ ਮਾਝਾ ਹੁਣ ਤੁਸੀਂ ਕਹੋਗੇ ਕਿ ਨਹੀਂ ਸਰ ਜੀ ਇਹ ਤਾਂ ਮਾਝੇ ਦੇ ਲੋਕਾਂ ਨੂੰ ਕਿਹਾ ਤਾਂ ਮਾਝੇ ਦੀ ਤਾਂ ਗੱਲ ਹੋ ਰਹੀ ਆ ਨਾ ਬਾਰੀ ਦਵਾਬ ਕੀ ਹੈ ਮਾਝੇ ਦੀ ਗੱਲ ਹੋ ਰਹੀ ਆ ਦਵਾਬਾ ਮਤਲਬ ਕਿ ਦਵਾਬਾ ਏਰੀਆ ਆ ਗਿਆ ਦੋ ਦਰਿਆਵਾਂ ਵਿੱਚਲਾ ਇਲਾਕਾ ਤਾਂ ਵਧੀਆ ਲੱਗੇ ਕੁਐਸਚਨ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਬਰਤ ਵਾਰ ਸ਼ੇਅਰ ਜ਼ਰੂਰ ਕਰ ਦੇਣਾ ਅਗਲਾ ਕੁਐਸਚਨ ਕਹਿੰਦਾ ਹੈ ਸਤਲੂ ਅਤੇ ਕੱਗਰ ਦੇ ਵਿਚਕਾਰਲੇ ਖੇਤਰ ਨੂੰ ਕੀ ਕਹਿੰਦੇ ਹਨ ਤਾਂ ਸਤਲੂਜ ਅਤੇ ਕੱਗਰ ਪੰਜਾਬ ਤਿਕੋਣਾ ਹੈ ਇੱਥੇ ਆ ਗਿਆ ਤੇ ਇੱਥੇ ਕੀ ਹੈ ਕੱਗਰ ਆ ਗਿਆ ਇੱਥੇ ਜਾ ਕੇ ਆਪਾਂ ਬਾਲੀਗਾਂ ਲੈ ਗਏ ਇੱਥੇ ਜਾ ਕੇ ਕੀ ਹੈ ਇਹ ਮੁੱਕ ਜਾਂਦਾ ਹੈ ਤੁਹਾਨੂੰ ਪਤਾ ਹੈ ਤਾਂ ਇਹ ਕੀ ਹੈ ਆਹ ਜਿਹੜਾ ਏਰੀਆ ਸੀ ਇਹ ਪਹਿਲਾਂ ਪੰਜਾਬ ਦਾ ਹੀ ਏਰੀਆ ਸੀ ਹਰਿਆਣਾ ਜਿਹੜਾ ਸੀ ਤਾਂ ਕੱਗੜ ਤੇ ਸਤਲੁਜ ਦੇ ਇਲਾਕੇ ਨੂੰ ਕੀ ਕਿਹਾ ਜਾਂਦਾ ਹੈ ਮਾਲਵਾ ਕਹਿੰਦਾ ਸਰ ਜੀ ਇਹ ਭੁੱਲਣਾ ਨਹੀਂ ਇਹ ਯਾਦ ਰੱਖਣਾ ਹੈ ਮਾਲਵਾ ਐਵੇਂ ਨਾ ਤੁਸੀਂ ਕਹਿ ਦੇਣਾ ਕਿ ਰੱਟਾ ਲਾ ਦਿਓ ਇਸ ਕੁਐਸਚਨ ਤੇ ਰੱਟ ਨਹੀਂ ਲੱਗ ਸਕਦੀ ਸਤਲੁਜ ਅਤੇ ਕੱਗੜ ਦੇ ਵਿਚਕਾਰਲੇ ਖੇਤਰ ਨੂੰ ਮਾਲਵਾ ਕਿਹਾ ਜਾਂਦਾ ਹੈ ਯਾਦ ਰੱਖਣਾ ਇਹ ਉਸ ਤੋਂ ਕੀ ਕਹਿੰਦਾ ਹੈ ਬਾਰੀ ਦਬਾਬ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਬਾਰੀ ਦਬਾਬ ਨੂੰ ਹੋਰ ਕਿਸ ਨਾਲ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਓਬਵੀਅਸ ਹੈ ਮਾਝੇ ਖੇਤਰ ਦੇ ਨਾਮ ਨਾਲ ਬਾਰੀ ਦਬਾਬ ਨੂੰ ਜਾਣਿਆ ਜਾਂਦਾ ਹੈ ਤਾਂ ਸਾਰੇ ਕਰਕੇ ਆਉਣਗੇ ਸਹੀ ਬਟ ਉੱਪਰਲਾ ਕੁਐਸਚਨ ਜਿਹੜਾ ਮਝੈਲ ਸੀ ਉਹ ਕੀ ਹੈ ਸਾਰੇ ਕਰਕੇ ਆਉਣਗੇ ਗਲਤ ਇੱਕ ਬੰ 25 ਨੰਬਰ ਕਟਵਾ ਕੇ ਆਉਣਗੇ ਓਵਰ ਕੌਨਫੀਡੈਂਸ ਹੋ ਕੇ ਉਸ ਦਾ ਆਨਸਰ ਲਾ ਕੇ ਆਉਣਗੇ ਤਾਂ ਕਿ ਇਹ ਗਲਤ ਹੋ ਜਾਵੇਗਾ ਉਸ ਤੱਕ ਇਹ ਚੱਲੇ ਜਾਵੇ ਕਹਿੰਦਾ ਹੈ 라ਵੀ ਅਤੇ ਚਨਾਬ ਨਦੀਆਂ ਦੇ ਵਿਚਕਾਰ ਦਵਾਬ ਦਾ ਨਾਮ ਹੁਣ ਦੇਖੋ 라ਵੀ ਅਤੇ ਚਨਾਬ ਤਾਂ ਕੀ ਬਣ ਗਿਆ ਰੱਜ ਤੇ ਇੱਥੇ ਕੀ ਇਹ ਰੱਜ ਕਿੱਥੇ ਜਿ ਪਿਆ ਆ ਪਿਆ ਹੈ ਸਰ ਜੀ ਤਾਂ ਬਿਲਕੁਲ ਸੌਖਾ ਕੁਐਸਚਨ ਹੈ ਰਚਨਾ ਦਵਾਬ ਇਸ ਦਾ ਕੀ ਆ ਤੁਹਾਨੂੰ ਆਨਸਰ ਆ ਜਾਊਗਾ ਚੱਜ ਦਵਾਬ ਕਿਹੜਾ ਹੁੰਦਾ ਹੈ ਜੇਲਮ ਤੇ ਚਨਾਬ ਦਾ ਹਿੱਸਾ ਉਸ ਦਾ ਵਿਚਕਾਰਲਾ ਹਿੱਸਾ ਬੇਸਤ ਦੁਆਬ ਜਿਹੜਾ ਹੁੰਦਾ ਹੈ ਸਤਲੁਜ ਤੇ ਬਿਆਸ ਦਾ ਹਿੱਸਾ ਬਾਰੀ ਬਿਆਸ ਤੇ ਰਾਵੀ ਦੇ ਵਿਚਕਾਰਲਾ ਹਿੱਸਾ ਤਾਂ ਯਾਦ ਰੱਖਣਾ ਤੇ ਇੱਕ ਹੁੰਦਾ ਹੈ ਸਰਜੀ ਹੁਣ ਦੁਆਬ ਪੰਜੇ ਦੇ ਪੰਜੇ ਤੁਹਾਨੂੰ ਪਤਾ ਨੇ ਸਿੰਧ ਸਾਗਰ ਦੁਆਬ ਸਿੰਧ ਸਾਗਰ ਦੁਆਬ ਇਹ ਹੁੰਦਾ ਹੈ ਸਿੰਧ ਤੇ ਜੇਲਮ ਦੇ ਵਿਚਕਾਰਲਾ ਹਿੱਸਾ ਤਾਂ ਕਿ ਇਹ ਕੁਐਸਚਨ ਜਿਸ ਤਰ੍ਹਾਂ ਮਰਜ਼ੀ ਆ ਸਕਦਾ ਹੈ ਬਟ ਕਿ ਤੁਸੀਂ ਨਹੀਂ ਗਲਤ ਕਰਕੇ ਆਉਣਾ ਤੁਸੀਂ ਸਹੀ ਹੀ ਕਰਕੇ ਆਉਣਾ ਹੈ ਤੇ ਅੱਜ ਤੋਂ ਬਾਅਦ ਜਿਹਨਾਂ ਨੂੰ ਨਹੀਂ ਪਤਾ ਸੀ ਉਹਨਾਂ ਨੂੰ ਪਤਾ ਲੱਗ ਗਿਆ ਹੋਵੇਗਾ ਉਸ ਤੋਂ ਅਗਲਾ ਕੁਐਸਚਨ ਕਹਿੰਦਾ ਹੈ ਦੋਸਤੋ ਕਿਸ ਦਬਾਬ ਵਿੱਚ ਸਿੱਖਾਂ ਦਾ ਮੱਕਾ ਸਥਿਤ ਹੈ ਇਹ ਤਾਂ ਕੀ ਹੈ 100% ਦੇ ਵਿੱਚੋਂ 99% ਬੱਚੇ ਗਲਤ ਕਰਕੇ ਹੋਣਗੇ ਕੁਐਸਚਨ ਤੁਹਾਨੂੰ ਮੈਂ ਦੱਸ ਦਿੱਤਾ ਤੁਸੀਂ ਪਹਿਲਾਂ ਤਾਂ ਕਮੈਂਟ ਦੇ ਵਿੱਚ ਦੱਸੋ ਇਸ ਦਾ ਕੀ ਆਨਸਰ ਆ ਸਕਦਾ ਤੁਹਾਡੇ ਅਕੋਰਡਿੰਗ ਤਾਂ ਉਸ ਤੋਂ ਬਾਅਦ ਕੀ ਆ ਮੈਂ ਤੁਹਾਨੂੰ ਦੱਸਾਂਗਾ ਕਿਉਂਕਿ ਇਹ ਹੈ ਡੋਲੂ ਮਾਂਜਣ ਵਾਲਾ ਪਹਿਲਾਂ ਵਾਲੇ ਕੁਸ਼ਨਾਂ ਦੇ ਡੋਲੂ ਮਾਂਜਿਆ ਜਾ ਸਕਦਾ ਹੈ ਬਟ ਇਸ ਦੇ ਵਿੱਚ ਕੀ ਡੋਲੂ ਮਾਂਜਿਆ ਹੀ ਜਾਵੇਗਾ 1.25 ਨੰਬਰ ਜਾਣਗੇ ਜਾਣਗੇ ਅਤੇ ਤੁਸੀਂ ਕੀ ਲਾ ਕੇ ਵੀ ਜਾਉਂਗੇ ਹੀ ਜਾਉਂਗੇ ਕੌਨਫੀਡੈਂਸ ਇੰਨਾ ਜ਼ਿਆਦਾ ਹੋਵੇਗਾ ਟੋਟਾ ਕਿ ਗਲਤ ਕਰਾ ਦੇਵਗਾ ਓਵਰ ਕੌਨਫੀਡੈਂਸ ਬਣ ਜਾਵੇਗਾ ਤਾਂ ਇਸ ਦਾ ਆਨਸਰ ਹੈ ਜੋ ਦੁਆਬ ਵਿੱਚ ਸਿੱਖਾਂ ਦਾ ਮੱਕਾ ਸਿੱਖਾਂ ਦਾ ਮੱਕਾ ਤੁਸੀਂ ਨਨਕਾਣਾ ਸਾਹਿਬ ਨੂੰ ਕਹੋਗੇ ਬਟ ਕੀ ਆ ਸਿੱਖਾਂ ਦੇ ਮੱਕੇ ਦੀ ਗੱਲ ਹੋਈ ਹੈ ਤਾਂ ਇਹ ਕੀ ਆ ਅੰਮ੍ਰਿਤਸਰ ਦੀ ਗੋਲਡਨ ਟੈਂਪਲ ਦੀ ਗੱਲ ਹੋਈ ਹੈ ਅੰਮ੍ਰਿਤਸਰ ਹਰਮੰਦਰ ਸਾਹਿਬ ਦੀ ਗੱਲ ਹੋਈ ਹੈ ਤਾਂ ਦੇਖੋ ਇਹ ਤੁਸੀਂ ਸਾਰੇ ਕਹੋਗੇ ਕਿ ਇਹ ਗਲਤ ਹੈ ਸਿੱਖਾਂ ਦਾ ਮੱਕਾ ਕਿਹੜਾ ਹੈ ਅਸੀਂ ਜਾਣੇ ਹਾਂ ਕਿੱਥੇ ਹਰਮੰਦਰ ਸਾਹਿਬ ਗੋਲਡਨ ਟੈਂਪਲ ਤੇ ਉਹ ਕਿੱਥੇ ਆ ਸਰ ਜੀ ਉਹ ਬਾਹਰੀ ਦਬਾਬ ਦੇ ਵਿੱਚ ਹੈ ਤਾਂ ਇਹ ਕੀ ਹੋ ਜਾਵੇਗਾ ਗਲਤ ਹੋ ਜਾਵੇਗਾ ਸਿੱਖਾਂ ਦਾ ਮੱਕਾ ਤਾਂ ਕੁਐਸਚਨ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜੇਕਰ ਚੈਨਲ ਤੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਉਸ ਤੱਕ ਇਹ ਕਹਿੰਦਾ ਹੈ ਪੰਜਾਬ ਦੇ ਪੰਜ ਦਬਾਬਾਂ ਵਿੱਚੋਂ ਕਿਹੜਾ ਘੱਟ ਉਪਜਾਊ ਹੈ ਤਾਂ ਬੜਾ ਇੰਪੋਰਟੈਂਟ ਕੁਐਸਚਨ ਹੈ ਚੱਜ ਦਵਾ ਪੜ ਲਿਆ ਰਚਨਾ ਦਵਾ ਪੜ ਲਿਆ ਛੰਦ ਸਾਗਰ ਦਵਾ ਪੜ ਲਿਆ ਬਾਰੀ ਦਵਾ ਪੜ ਲਿਆ ਤੇ ਇੱਕ ਕਿਹੜਾ ਰਹਿ ਗਿਆ ਸਾਡਾ ਫਿਰ ਜੋ ਰਹਿ ਗਿਆ ਚੱਜ ਆ ਗਿਆ ਰਚਨਾ ਆ ਗਿਆ ਸਿੰਧ ਆ ਗਿਆ ਬਾਰੀ ਆ ਗਿਆ ਤੇ ਇੱਕ ਕਿਹੜਾ ਰਹਿ ਗਿਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸੋ ਮੈਨੂੰ ਤੇ ਕੀ ਹੈ ਤੁਹਾਨੂੰ ਉਹ ਪਤਾ ਲੱਗ ਜਾਵੇਗਾ ਕਿ ਉਹ ਕਿਹੜਾ ਹੈ ਇਸ ਦਾ ਰਾਈਟ ਆਨਸਰ ਹੈ ਜੋ ਉਹ ਸਿੰਧ ਸਾਗਰ ਦੁਆਬ ਹੈ ਕਿਉਂਕਿ ਮੈਂ ਵੀ ਭੁੱਲ ਚੁੱਕਾ ਹਾਂ ਤੇ ਕਮੈਂਟ ਦੇ ਵਿੱਚ ਦੱਸ ਦਿੱਤਾ ਤਾਂ ਮੈਨੂੰ ਵੀ ਯਾਦ ਆ ਜਾਵੇਗਾ ਉਹ ਕਿਹੜਾ ਹੈ ਅਤੇ ਜੇਕਰ ਤੁਹਾਨੂੰ ਪਤਾ ਹੈ ਤਾਂ ਪੇਪਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਤੁਸੀਂ ਗਲਤ ਕਰਕੇ ਆਉਂਗੇ ਕੁਐਸਚਨ ਜੇਕਰ ਦੁਆਬ ਦਾ ਆ ਗਿਆ ਇਹਨਾਂ ਵਿੱਚੋਂ ਅ ਕਿਹੜਾ ਦੁਆਬ ਹੈ ਤਾਂ ਇਸ ਤਰ੍ਹਾਂ ਕੁਐਸਚਨ ਬਣਾ ਸਕਦਾ ਜਾਂ ਕਿਹੜਾ ਦੁਆਬ ਨਹੀਂ ਹੈ ਇਸ ਤਰ੍ਹਾਂ ਬਣ ਸਕਦਾ ਹੈ ਤੋਂ ਨੂੰ ਸਾਰਿਆਂ ਨੂੰ ਪਤਾ ਹੈ ਹੁਣ ਘੱਟਪਜਾਉ ਦੀ ਗੱਲ ਹੋਈ ਹੈ ਮਤਲਬ ਕਿ ਘੱਟਪਜਾਉ ਕਿਹੜਾ ਹੈ ਸਿੰਧ ਸਾਗਰ ਦਬਾਬ ਹੈ ਜਿਹੜਾ ਕਿ ਸਿੰਧ ਤੇ ਜੇਲਮ ਦੇ ਵਿਚਕਾਰਲਾ ਇਲਾਕਾ ਹੈ ਤਾਂ ਅੱਗੇ ਚੱਲੇ ਜਾਵੇ ਕਹਿੰਦਾ ਹੈ ਚਨਾਬ ਅਤੇ ਜੇਲਮ ਦੇ ਵਿਚਕਾਰ ਦੇ ਖੇਤਰ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਅਸੀਂ ਲਿਖ ਲੈਣੇ ਹਾਂ ਇੱਕ ਚੱਚਾ ਲਿਖ ਲਿਆ ਇੱਕ ਜੱਜਾ ਲਿਖ ਲਿਆ ਤਾਂ ਕੀ ਆ ਗਿਆ ਚਾਜ ਦਵਾਬ ਕੀ ਆ ਸਰ ਜੀ ਇਸ ਦਾ ਰਾਈਟ ਆਨਸਰ ਆ ਗਿਆ ਚਾਜ ਦਵਾਬ ਇਸ ਦਾ ਰਾਈਟ ਆਨਸਰ ਆ ਗਿਆ ਬੇਸਤ ਦਵਾਬ ਰਚਨਾ ਦਵਾਬ ਬਾਰੀ ਦਵਾਬ ਤੇ ਇਕ ਕੀ ਆ ਗਿਆ ਸੀ ਸਿੰਧ ਸਾਗਰ ਦਵਾਬ ਤਾਂ ਕੀ ਹੈ ਜੇਕਰ ਨਹੀਂ ਪਤਾ ਲੱਗਿਆ ਸੀ ਤਾਂ ਹੁਣ ਪਤਾ ਲੱਗਿਆ ਹੋਵੇਗਾ ਪੰਜ ਦਵਾਬ ਹਨ ਸਾਡੇ ਕਿਹੜੇ ਕਿਹੜੇ ਹਨ ਉਸ ਤੋਂ ਅੱਗੇ ਚੱਲੇ ਜਾਵੇ ਜੋ ਕਿ ਅਗਲਾ ਕੁਐਸਚਨ ਕਹਿੰਦਾ ਹੈ ਕੱਗਰ ਅਤੇ ਜਮਨਾ ਨਦੀ ਦੇ ਵਿਚਕਾਰ ਦੇ ਮੈਦਾਨਾਂ ਨੂੰ ਕਿਸ ਵਜੋਂ ਜਾਣਿਆ ਜਾਂਦਾ ਹੈ ਤਾਂ ਇਸ ਦਾ ਆਨਸਰ ਹੈ ਜੋ ਹੁਣ ਕੱਗਰ ਦੀ ਗੱਲ ਹੋ ਗਈ ਅਤੇ ਜਮਨਾ ਨਦੀ ਦੇ ਵਿਚਕਾਰ ਦਾ ਦੇ ਮੈਦਾਨਾਂ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਬਹੁਤ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਹੁਣ ਇੱਥੇ ਕੀ ਹੈ ਮਾਝਾ ਆ ਨਹੀਂ ਸਕਦਾ ਸਾਨੂੰ ਪਤਾ ਹੈ ਇਹ ਆ ਨਹੀਂ ਸਾ ਦਾ ਮਾਲਵਾ ਆ ਨਹੀਂ ਸਾ ਦਾ ਚਾਚ ਦੁਆਬ confused ਹੋਗੇ ਬਟ ਕੀ ਹੈ ਇਹ ਵੀ ਨਹੀਂ ਆ ਸਕਦਾ ਇਸ ਦਾ ਆਨਸਰ ਕੀ ਹੈ ਪਾंगर ਅਤੇ ਖਾਦਰ ਕੀ ਹੈ ਇਸ ਦਾ ਰਾਈਟ ਆਨਸਰ ਹੈ ਦੋਸਤੋ ਤਾਂ ਦੋਸਤੋ ਬਹੁਤ ਇੰਪੋਰਟੈਂਟ ਕੁਐਸਚਨ ਲੈ ਕੇ ਆਇਆ ਤੁਹਾਡੇ ਲਈ 20 ਕੁਐਸਚਨ ਲੈ ਕੇ ਆਇਆ ਸੀ ਜੇਕਰ ਵੀਡੀਓ ਵਧੀਆ ਲੱਗੀ ਆ ਤੁਹਾਨੂੰ ਜਿਨ੍ਹਾਂ ਨੇ ਐਂਡ ਤੱਕ ਦੇਖੀ ਹੈ ਤਾਂ ਲਾਈਕ ਕਰਨਾ ਤਾਂ ਬੰਦਾ ਕਿਉਂਕਿ ਸੀਨੀਅਰ ਅਸਿਸਟੈਂਟ ਦੇ ਵਿੱਚ ਇਸ ਤਰ੍ਹਾਂ ਦੇ ਲੈਵਲ ਦੇ ਕੁਐਸਚਨ ਪੁੱਛੇ ਜਾਣਗੇ ਪੰਜਾਬ ਜੀਕੇ ਦੇ ਬਿਲਕੁਲ ਲੰਡੂ ਕੁਐਸਚਨ ਨਹੀਂ ਹੋਣਗੇ ਥੋੜਾ ਜਿਹਾ ਲੈਵਲ ਤਾਂ ਉਹਨਾਂ ਦਾ ਹੋਵੇਗਾ ਕਿਉਂਕਿ ਪੀਪੀਐਸਸੀ ਲੈਵਲ ਦਾ ਪੇਪਰ ਹੈ ਗ੍ਰੇਡ ਬੀ ਦਾ ਪੇਪਰ ਹੈ ਤਾਂ ਦੋਸਤੋ ਇੰਨਾ ਕੁ ਦਾ ਬੰਦ ਆ ਵੀ ਹੈ ਇਸ ਤਰ੍ਹਾਂ ਦੇ ਲੈਵਲ ਦਾ ਆ ਵੀ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਕਰ ਦਿਓ ਵੱਧ ਵੱਧ ਕਮੈਂਟ ਕਰ ਦਿਓ ਵੱਧ ਵੱਧ ਸ਼ੇਅਰ ਕਰ ਦਿਓ ਅਤੇ ਜੇਕਰ ਚੈਨਲ ਦੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਹੋਣਾ ਤਾਂ ਕਰ ਦਿਓ ਭਾਈ ਜੇਕਰ ਤੁਹਾਨੂੰ ਕੁਐਸਚਨ ਵਧੀਆ ਲੱਗੇ ਹਨ ਅਤੇ ਜੇਕਰ ਹਜੇ ਵੀ ਨਹੀਂ ਕਰਨ ਦਾ ਪਾਣੀਆ ਵੀਡੀਓ ਦੇਖ ਲਓ ਸਾਰਿਆਂ ਦੇ ਵਿੱਚ ਤੁਹਾਨੂੰ ਕੁਐਸਚਨ ਉਹੀ ਦੇਖਣ ਨੂੰ ਮਿਲਣਗੇ ਜੋ ਪੇਪਰ ਦੇ ਵਿੱਚ ਪੁੱਛੇ ਗਏ ਹਨ ਅਤੇ ਪੁੱਛੇ ਜਾ ਸਕਦੇ ਹਨ ਦੋਨਾਂ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਮਿਲਣਗੇ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ